ਦੀਪ ਸਿੰਘ ਧਾਲੀਵਾਲ ਵੱਲੋਂ ਸਮਰਾਲਾ ਨਾਜ ਮੰਡੀ ਦਾ ਦੌਰਾ। ਕਿਹਾ ਕਿਸਾਨਾਂ, ਆੜਤੀਆਂ ਅਤੇ ਲੇਬਰ ਅਤੇ ਟਰਾਂਸਪੋਰਟਰਾਂ ਨੂੰ ਨਹੀਂ ਆਉਣ ਦਿੱਤੀ ਕੋਈ ਦਿੱਕਤ ਪਰੇਸ਼ਾਨੀ। ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਕਿਸਾਨ ਆਪਣੀ ਫਸਲ 12 ਘੰਟੇ ਵਿੱਚ ਵੇਚ, ਅਦਾਇਗੀ ਵੀ 24 ਘੰਟੇ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਰਹੀ ਹੈ। ਪੰਜਾਬ ਦੇ ਖੇਤੀਬਾੜੀ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਮਰਾਲਾ ਮੰਡੀ ਦਾ ਦੌਰਾ ਕੀਤਾ, ਜਿਸ ਦੌਰਾਨ ਉਹਨਾਂ ਨੇ ਦਾਅਵਾ ਕੀਤਾ ਕਿ ਸੀਜ਼ਨ ਵਿੱਚ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਗਈ ਹੈ ਅਤੇ 24 ਘੰਟੇ ਦੇ ਵਿੱਚ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਅਦਾਇਗੀ ਕਰ ਦਿੱਤੀ ਗਈ ਹੈ ਅਤੇ 48 ਘੰਟਿਆਂ ਵਿੱਚ ਲਿਫਟਿੰਗ ਹੋ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਨੂੰ ਪਰਾਲੀ ਪ੍ਰਤੀ ਏਕੜ 2500 ਰੁਪਇਆ ਦਿੱਤਾ ਜਾਵੇ ਪਰ ਸੈਂਟਰ ਸਰਕਾਰ ਨਹੀਂ ਮੰਨ ਰਹੀ। ਇੱਕ ਸਾਲ ਦੇ ਵਿੱਚ ਅਸੀਂ 50% ਅੱਗ ਤੇ ਕਾਬੂ ਪਾ ਲਿਆ ਹੈ, ਅਗਲੀ ਵਾਰ ਅਸੀਂ 80% ਤੋਂ ਵਾਧੂ ਤੇ ਕਾਬੂ ਪਾਵਾਂਗੇ। ਰਿਪੋਰਟ ਜਨ ਕਲਿਆਣ ਟੀਵੀ, ਪੱਤਰਕਾਰ ਹਨੀਸ਼ ਕੌਸ਼ਲ, ਸਮਰਾਲਾ। ਬਲਜੀਤ ਸਿੰਘ ਮਾੜੇ ਵਾਲਾ ਜੀ, ਮੰਤਰੀ ਸਾਹਿਬ ਨੇ ਇਹੀ ਕਿਹਾ ਵੀ ਤੁਹਾਨੂੰ 24 ਘੰਟੇ ਦੇ ਵਿੱਚ ਪੇਮੈਂਟ ਹੋ ਜਾਊ, ਫਸਲ ਤੁਹਾਡੀ 12 ਘੰਟੇ ਦੇ ਵਿੱਚ ਚੱਕੀ ਜਾਊਗੀ ਤੇ ਫਸਲ ਬੜਾ ਵਧੀਆ ਕੰਮ ਚੱਲ ਰਿਹਾ, ਬਹੁਤ ਵਧੀਆ ਢੰਗ ਨਾਲ ਚੱਲ ਰਿਹਾ। ਪਰੇਸ਼ਾਨੀ ਤਾਂ ਨਹੀਂ ਆ ਰਹੀ ਮੰਡੀ? ਕੋਈ ਕਿਸੇ ਤਰ੍ਹਾਂ ਦੀ ਹੱਦ ਤੱਕ ਪਰੇਸ਼ਾਨੀ ਨਹੀਂ, ਮੰਡੀ ਦੇ ਵਿੱਚ ਬੜਾ ਵਧੀਆ ਚੱਲਦਾ ਹੈ। ਕਦੋਂ ਤੁਸੀਂ ਲੈ ਕੇ ਆਏ ਇਸ ਫਸਲ ਆਪਣੀ? ਮੈਨੂੰ ਤਕਰੀਬਨ, ਮੈਂ ਅੱਜ ਹੀ ਸਵੇਰੇ ਲੈ ਕੇ ਆਇਆ ਸੀ ਫਸਲ ਤੇ ਹੁਣ ਮੇਰਾ ਉਹਨਾਂ ਨੇ ਪੱਖਾ ਲਾ ਕੇ ਫਸਲ ਤਲਾਈ ਦੀ ਸਟਾਰਟ ਹੈ ਕੰਮ। ਮੰਤਰੀ ਸਾਹਿਬ ਨੂੰ ਹੋਰ ਕੁਛ ਤੁਸੀਂ ਮੰਗ ਵਗੈਰਾ? ਮੰਤਰੀ ਸਾਹਿਬ ਨੂੰ ਅਸੀਂ ਬਸ ਖਾਦ ਦੀ ਅਤੇ ਬੀਜ ਦੀ ਮੰਗ ਕੀਤੀ ਆ ਵੀ ਸਾਨੂੰ ਖਾਦ ਦਾ ਪ੍ਰੋਪਰ ਪਹੁੰਚ ਦੀ ਕੀਤੀ ਜਾਵੇ, ਸਾਨੂੰ ਖਾਦ ਦੀ ਪ੍ਰੋਬਲਮ ਆ। ਅੱਗ ਬਾਰੇ ਕੋਈ ਜ਼ਿਮੀਦਾਰ ਜਾਣ ਬੁੱਝ ਕੇ ਅੱਗ ਨਹੀਂ ਲਾਉਂਦਾ ਪਿਆ, ਉਹਦੀਆਂ ਪ੍ਰੋਬਲਮਾਂ ਨੇ, ਉਹਦੀਆਂ ਪ੍ਰੋਬਲਮਾਂ ਇਹ, ਕਈ ਜ਼ਿਮੀਦਾਰਾਂ ਦੀਆਂ ਐਤਕੀ ਸਬਸਿਡੀਆਂ ਕੈਂਸਲ ਹੋਈਆਂ ਨੇ, ਖੁਦ ਮੇਰੀ ਵੀ ਸਬਸਿਡੀ ਕੈਂਸਲ ਹੋਈ ਆ ਜਿਹਦੇ ਕਰਕੇ ਉਹ ਪ੍ਰੋਬਲਮ ਆ ਰਹੀ ਆ। ਹੋਰ ਕੋਈ ਪ੍ਰੋਬਲਮ ਨਹੀਂ, ਅਗਲੇ ਸਾਲ ਹੋ ਸਕਦਾ ਅੱਗ ਹੋਰ ਘੱਟ ਜਾਊਗੀ। ਆਪਣੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਹਦਾਇਤਾਂ 'ਤੇ ਪੰਜਾਬ ਦੀਆਂ ਸਾਰੀਆਂ ਮੰਡੀਆਂ ਜਾ ਰਹੇ, ਕਿਉਂਕਿ ਖੇਤੀਬਾੜੀ ਮਹਿਕਮਾ ਮੇਰੇ ਕੋਲ ਅਤੇ ਸਾਡੀ ਡਿਊਟੀ ਲਾਈ ਹੈ ਕਿ ਖਿਆਲ ਰੱਖੋ ਕਿ ਕਿਸੇ ਕਿਸਾਨ ਨੂੰ, ਕਿਸੇ ਆੜਤੀ ਨੂੰ, ਕਿਸੇ ਲੇਬਰ ਵਾਲੇ ਨੂੰ, ਕਿਸੇ ਟਰਾਂਸਪੋਰਟ ਵਾਲੇ ਨੂੰ ਮੰਡੀ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ। ਸੋ ਉਹਦੇ ਕਰਕੇ ਮੈਂ ਆਇਆ ਸੀਗਾ, ਪਹਿਲਾਂ ਲੁਧਿਆਣੇ ਸੀਗੇ ਅਤੇ ਦੱਸਿਆ ਜੀ ਤੁਹਾਡੇ ਸਾਹਮਣੇ ਬਹੁਤ ਵਧੀਆ ਪ੍ਰਬੰਧ ਚੱਲ ਰਿਹਾ। ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ 12 ਘੰਟਿਆਂ ਦੇ ਵਿੱਚ ਕਿਸਾਨ ਫਸਲ ਵੇਚ ਕੇ ਆਪਣੇ ਘਰ ਚੱਲ ਜਾਂਦਾ, 24 ਘੰਟਿਆਂ 'ਚ ਪੈਸੇ ਪੈ ਜਾਂਦੇ ਅਤੇ 48 ਘੰਟਿਆਂ ਦੇ ਵਿੱਚ ਲਿਫਟਿੰਗ ਹੋ ਜਾਂਦੀ। ਮਤਲਬ ਇਹ ਬੰਦ ਵਧੀਆ ਜਿਹੜਾ ਮਾਨ ਸਾਹਿਬ ਦੀ ਸਰਕਾਰ ਦੇ ਪ੍ਰਬੰਧ ਹੈ ਉਹ ਬਹੁਤ ਵਧੀਆ ਚੱਲ ਰਿਹਾ, ਉਹਦੇ 'ਤੇ ਵੀ ਵਧੀਆ ਦੇਖਿਆ ਜਾਵੇ। ਸਰ ਚਾਰ ਅਧਿਕਾਰੀ ਸਸਪੈਂਡ ਹੋ ਗਏ, ਜਿਹੜੇ ਕਿ ਪਰਾਲੀ ਨੂੰ ਕਿਸਾਨ ਨੂੰ ਨਹੀਂ ਰੋਕ ਸਕੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਨਹੀਂ, ਉਹ ਤਾਂ ਸਸਪੈਂਡ ਕਰਤੇ, ਉਹ ਤਾਂ ਅਸੀਂ 1.5-2 ਮਹੀਨੇ ਪਹਿਲਾਂ ਮੀਟਿੰਗ ਕੀਤੀ, ਸਾਰੇ ਵਰਕਰਾਂ ਦੀ ਡਿਊਟੀ ਲਾਈ ਸੀਗੀ, ਵਰਕਰਾਂ ਦੀ ਕਹਿੰਦੇ ਸਾਰੇ ਅਫਸਰਾਂ ਦੀ ਸਭ ਦੀ ਡਿਊਟੀ ਲਾਈ ਸੀ ਕਿ ਵੀ ਤੁਸੀਂ ਖਿਆਲ ਰੱਖਣਾ, ਮਿਹਨਤ ਕਰਨੀ ਹੈ। ਅਤੇ ਕੱਲ੍ਹ ਜਿਹੜੇ ਮਤਲਬ ਸਾਨੂੰ ਅਸੀਂ ਕੰਟਰੋਲ ਰੂਮ ਬਣਾਇਆ ਸੈਟਲਾਈਟ ਦੇ ਰਾਹੀਂ, ਜਿਹੜਾ ਸਾਨੂੰ ਜਿੱਥੇ ਲੱਗੇ ਕਿ ਇਸ ਬਲਾਕ ਦੇ ਵਿੱਚ ਅੱਜ ਜ਼ਿਆਦਾ ਅੱਗ ਹੈ, ਅਸੀਂ ਫੀਲ ਕੀਤਾ ਕਿ ਇੱਥੇ ਸਾਡੇ ਬੰਦਿਆਂ ਨੇ ਕੰਮ ਸਹੀ ਨਹੀਂ ਕੀਤਾ, ਲੋਕਾਂ ਨੂੰ ਸਹੀ ਜਿਹੜਾ ਉਹਨਾਂ ਨੇ ਜਾਗਰੂਕ ਨਹੀਂ ਕੀਤਾ। ਇਹਦੇ ਕਰਕੇ ਸਰਕਾਰ ਵਾਰ ਵਾਰ ਜਾਗਰੂਕ ਕਰਦੀ ਹੈ ਕਿਸਾਨਾਂ ਨੂੰ ਕਿ ਪਰਾਲੀ ਨਾ ਜਲਾਓ, ਪਰ ਫਿਰ ਵੀ ਜੋ ਕਿਸਾਨ ਨੇ ਉਹ ਕਹਿੰਦੇ ਸਾਡੀ ਜੋ ਲੋੜਵੰਦ ਹੁੰਦੀ ਹੈ, ਜ਼ਰੂਰਤਾਂ ਨੇ, ਉਹ ਸਰਕਾਰ ਪੂਰੀ ਨਹੀਂ ਕਰਦੀ ਅਤੇ ਅਸੀਂ ਪਰਾਲੀ ਕਿਵੇਂ ਨਾ ਰੋਕੀ? ਸਾਜੀ, ਤੁਹਾਨੂੰ ਪਤਾ ਐਤਕਾ ਕਿੰਨਾ ਮਤਲਬ ਲੈਵਲ ਜਿਹੜਾ ਘੱਟ ਗਿਆ, ਉਹ ਇਸੇ ਕਰਕੇ ਘਟਿਆ ਜੇ ਅਸੀਂ ਮਸ਼ੀਨਾਂ ਦਿੱਤੀਆਂ, ਪ੍ਰਚਾਰ ਕੀਤਾ, ਲੋਕਾਂ ਨੂੰ ਸਮਝਾਇਆ। ਆਪਾਂ ਜੇ ਆਏ ਹਾਂ ਪਹਿਲੀ ਵਾਰ ਆਪਣੀ ਸਰਕਾਰ ਬਣੀ, ਸਰਕਾਰ 'ਤੇ ਕਿੰਨਾ ਆਰਥਿਕ ਸੰਕਟ ਹੈ, ਉਹਦੇ ਦੇ ਬਾਵਜੂਦ ਵੀ ਕਿਸਾਨਾਂ ਲਈ ਜੋ ਕੁਝ ਕਰ ਰਹੇ ਹਾਂ ਉਹ ਤੁਹਾਡੇ ਸਾਹਮਣੇ। ਤੁਸੀਂ ਮੰਡੀਆਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ, ਪਰ ਪਰਾਲੀ 'ਤੇ ਕਿਉਂਕਿ ਸੈਂਟਰ ਬੰਨਿਆ ਨਹੀਂ, ਅਸੀਂ ਤਾਂ ਚਾਹੁੰਦੇ ਸੀ ਕਿ 2500 ਰੁਪਇਆ ਏਕੜ ਦੇ ਦਈਏ, ਕੇਂਦਰ ਨੇ ਨਾ ਕਰਤੀ, ਪਰ ਕੋਈ ਗੱਲ ਨਹੀਂ, ਅਗਲੇ ਸਾਲ ਇਹੀ ਪਰਾਲੀ ਦੀ ਸਮੱਸਿਆ ਜਿਹੜੀ ਅਸੀਂ ਮਤਲਬ ਜੇ ਐਤਕਾ 50% ਠੀਕ ਹੋ ਗਈ ਤਾਂ ਅਗਲੀ ਸਮੇਂ ਲਓ 85% ਠੀਕ ਹੋ ਜੂਗੀ। ਇੱਕ ਸਾਲ ਦੇ ਵਿੱਚ ਕਈ ਪਰਾਲੀ ਦੇ ਜੂਟ ਵਗੈਰਾ ਅਸੀਂ ਪੰਜਾਬ ਦੇ ਵਿੱਚ ਲਾਉਣੇ ਅਤੇ ਇਹਨੂੰ ਘਟਾ ਨੂੰ ਲੈ ਕੇ ਕਾਫੀ ਕਿਸਾਨਾਂ ਨੇ ਇਸ ਵਾਰ ਆਪਣੀ ਜੀਰੀ ਪਾ ਦਿੱਤੀ ਹੈ। ਉਹ ਬੀਜ ਦਾ ਖੇਤੀਬਾੜੀ ਡਿਪਾਰਟਮੈਂਟ ਤੋਂ ਲੈ ਗਏ ਸੀ, ਪਰ ਉਹ ਕਹਿੰਦੇ ਨੇ ਵੀ ਸਾਨੂੰ ਬੀਜ ਨਕਲੀ ਮਿਲ ਰਿਹਾ। ਨਹੀਂ, ਸਾਡੇ ਕੋਈ ਨਹੀਂ ਲਿਆ, ਸਾਡੇ ਕੋਈ ਬੀਜ ਨਹੀਂ ਲਿਆ, ਕਿਸਾਨਾਂ ਨੇ ਕਿਤੇ ਬਾਹਰੋਂ ਲਿਆਊਗਾ, ਸਾਡੇ ਕੋਲ ਕਿਸੇ ਨੇ ਕੋਈ ਬੀਜ ਨਹੀਂ। ਪਰ ਸਮਰਾਲੇ ਸਾਹਿਬ ਤਹਿਸੀਲਦਾਰ ਨੂੰ ਆਫਿਸ ਤੋਂ ਆਰਡਰ ਆਏ ਸੀਗੇ ਕਿ ਜੋ ਚਾਈਨਾ ਵਾਇਰਸ ਨਾਲ ਜੋ ਜ਼ਮੀਨਾਂ ਖਰਾਬ ਹੋਈਆਂ ਫਸਲਾਂ ਉਹਦੀ ਗੋਦਾਵਰੀ ਕੀਤੀ ਜਾ ਉਹਦੀ ਕਰਾਈ ਹੈ ਕਦਾ, ਪਰ ਸਰ ਹੱਲੇ ਵੀ ਅੱਧੇ ਪਿੰਡਾਂ ਦੀ ਪਈਆਂ ਨੇ। ਨਾ ਕੋਈ ਨਹੀਂ, ਅਸੀਂ ਕਰਾ ਦੇ, ਜੇ ਕੋਈ ਹੈਗੀ ਆ ਉਹ ਵੀ ਕਰਾ ਦਿੰਦੇ ਤਾਂ ਉਹਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਉਹ ਦੇਣਗੇ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ ਯੂਟਿਊਬ ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ
ताकि जो भी असी नवी तो नवी कोई न्यूज अपलोड करिए तो नोटिफिकेशन तक जल्द तो जल्द पहुंच जाए। सो सब्सक्राइब जन कल्याण टीवी।